ਪੰਜਾਬੀ ਏਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਦੀਆਂ ਵੱਡੀਆਂ ਖਬਰਾਂ, ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰਨ ਬਾਰੇ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਨਾਲ ਹੀ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ। ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦਾ ਵੱਡਾ ਐਲਾਨ, ਕਿਹਾ ਮੰਗਾਂ ਮਨਵਾਏ ਬਿਨਾਂ ਨਹੀਂ ਜਾਵਾਂਗੇ ਵਾਪਿਸ। ਨਵਾਂ ਬਿਜਲੀ ਕਨੈਕਸ਼ਨ ਲੈਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਲਿਆ ਵੱਡਾ ਫੈਸਲਾ। ਕਿਸਾਨਾਂ ਤੇ ਹਰਿਆਣਾ ਪੁਲਿਸ ਦੀ ਵੱਡੀ ਕਾਰਵਾਈ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਪੁਲਿਸ ਮੁਲਾਜ਼ਮਾਂ ਖਿਲਾਫ ਹਰਿਆਣਾ ਦੇ ਸੀਐਮ ਖੱਟਰ ਤੋਂ ਕਾਰਵਾਈ ਦੀ ਕੀਤੀ ਮੰਗ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤੇ ਵੱਡੇ ਹੁਕਮ, ਕਿਹਾ ਵਿਕਾਸ ਕਾਰਜਾਂ ਵਿੱਚ ਲਿਆਈ ਜਾਵੇ ਤੇਜ਼ੀ। ਅੱਜ ਪੈ ਸਕਦਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ। ਪੰਜਾਬ ਦੇ ਲੋਕਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਕਿਹਾ ਜੇ ਵੋਟਾਂ ਮੰਗਣ ਲਈ ਘਰ ਘਰ ਜਾ ਸਕਦੇ ਹਾਂ ਤਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਿਉਂ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਦੇ ਸਫ਼ਰ ਵਿੱਚ ਤੇਲ ਦਾ ਹੀ ਟੋਲ ਸੀ, ਹੁਣ ਉਹਨਾਂ ਵਿੱਚੋਂ ਜ਼ਿਆਦਾਤਰ ਬੰਦ ਹੋ ਚੁੱਕੇ ਹਨ। ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ੇ ਤੇ ਵੀ ਉਹਨਾਂ ਦੀ ਨਜ਼ਰ ਹੈ, ਜਿਸ ਦਿਨ ਕਿਸੇ ਵੀ ਸਮਝੌਤੇ ਦੀ ਉਲੰਘਣਾ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਾਰੋਬਾਰੀਆਂ ਨੂੰ ਵੱਡੀ ਖੁਸ਼ਖਬਰੀ ਸੁਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 200 ਕਰੋੜ ਰੁਪਏ ਦੀ ਜ਼ਮੀਨ ਵਾਲਾ ਕਾਰੋਬਾਰੀ ਵੱਖ ਵੱਖ NOC ਲੈਣ ਲਈ 3 ਸਾਲਾਂ ਤੱਕ ਇੱਧਰ ਉੱਧਰ ਭੱਜਦਾ ਰਹਿੰਦਾ ਸੀ। 3 ਸਾਲ ਸੰਘਰਸ਼ ਕਰਨ ਤੋਂ ਬਾਅਦ ਆਖਿਰਕਾਰ ਉਸ ਨੂੰ ਘਾਟੇ ਵਿੱਚ ਜ਼ਮੀਨ ਵੇਚ ਕੇ ਮੱਧ ਪ੍ਰਦੇਸ਼ ਜਾਣਾ ਪਿਆ, ਪਰ ਹੁਣ ਉਹ ਰੰਗਦਾਰ ਸਟੈਂਪ ਪੇਪਰ ਲੈ ਕੇ ਆਏ ਹਨ। ਤੁਹਾਨੂੰ ਬਸ ਇਸ ਨੂੰ ਖਰੀਦਣਾ ਪਵੇਗਾ, ਬਾਕੀ ਆਪਣੇ ਆਪ ਹੋ ਜਾਵੇਗਾ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਸੰਸਦ ਮੈਂਬਰ ਸੰਨੀ ਦਿਓਲ ਤੇ ਵੀ ਨਿਸ਼ਾਨਾ ਬੀਨਿਆ। ਸੀਐਮ ਮਾਨ ਨੇ ਕਿਹਾ ਕਿ ਸੰਨੀ ਦਿਓਲ ਸਾਹਿਬ, ਇਹ ਸਿਆਸਤ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ ਬਲਕਿ 24 ਘੰਟਿਆਂ ਵਾਲੀ ਡਿਊਟੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਗਲਤ MP ਚੁਣਿਆ ਹੈ, ਜੋ 3 ਘੰਟੇ ਵੈਨਿਟੀ ਵਿੱਚ ਬੈਠ ਕੇ ਮੇਕਅਪ ਕਰਨ ਵਿੱਚ ਰੁੱਝੇ ਰਹਿੰਦਾ ਹੈ ਤੇ 1 ਘੰਟੇ ਲਈ ਬਾਹਰ ਆਉਂਦਾ ਹੈ। ਉਹਨਾਂ ਨੂੰ ਪਠਾਨਕੋਟ ਦੇ ਇਲਾਕਿਆਂ ਦੀ ਕੋਈ ਜਾਣਕਾਰੀ ਨਹੀਂ ਹੈ। ਮੁੱਖ ਮੰਤਰੀ ਨੇ ਸੰਨੀ ਦਿਓਲ ਤੇ ਤੰਜ ਕੱਸਦਿਆਂ ਕਿਹਾ ਕਿ ਬਾਰਡਰ ਦੇ ਪਰਲੇ ਪਾਸੇ ਤੋਂ ਨਲਕਾ ਪੁੱਟ ਦਿੱਤਾ, ਪਰ ਇੱਥੇ 1 ਵੀ ਨਲਕਾ ਨਹੀਂ ਲਵਾਇਆ। ਉਹਨਾਂ ਕਿਹਾ ਕਿ ਮੈਂ ਪਾਰਲੀਮੈਂਟ ਵਿੱਚ ਵੀ 2019 ਤੋਂ ਰਿਹਾ ਹਾਂ, ਪਰ ਮੈਂ 3 ਸਾਲਾਂ ਵਿੱਚ ਉੱਥੇ ਵੀ ਸੰਨੀ ਦਿਓਲ ਨੂੰ ਨਹੀਂ ਵੇਖਿਆ। 1 MP ਲੋਕਾਂ ਦੇ ਸਰਕਾਰ ਵਿਚਾਲੇ ਪੁਲ ਹੁੰਦਾ ਹੈ, ਪਰ ਉਹਨਾਂ ਕਦੇ ਇੱਥੇ ਆ ਕੇ ਵੀ ਨਹੀਂ ਵੇਖਿਆ। ਉਹਨਾਂ ਨੇ ਲੋਕਾਂ ਨੂੰ ਵੋਟਾਂ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਐਵੇਂ ਹੀ ਕਿਸੇ ਨੂੰ ਵੋਟ ਨਹੀਂ ਪਾਉਣੀ ਚਾਹੀਦੀ, ਇਹ ਬਹੁਤ ਕੀਮਤੀ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡਟੇ ਹਜ਼ਾਰਾਂ ਕਿਸਾਨਾਂ ਵੱਲੋਂ ਬੀਤੀ ਸ਼ਾਮ ਦੋਵੇਂ ਪਾਸਿਓਂ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹ ਕੇਂਦਰ ਸਰਕਾਰ ਤੋਂ ਮੰਗਾਂ ਮਨਵਾ ਕੇ ਹੀ ਵਾਪਸ ਜਾਣਗੇ। ਇਸ ਮੌਕੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਚੋਣ ਜ਼ਾਬਤੇ ਤੋਂ ਪਹਿਲਾਂ ਮੰਗਾਂ ਮੰਨ ਲਵੇ, ਇਸ ਤੋਂ ਪਹਿਲਾਂ ਅਸੀਂ ਇੱਥੋਂ ਹਿੱਲਣ ਵਾਲੇ ਨਹੀਂ ਹਾਂ ਅਤੇ ਬਹੁਤ ਜਲਦੀ ਦਿੱਲੀ ਵੱਲ ਕੂਚ ਕਰਾਂਗੇ। ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਹੁਣ ਵੀ ਕਿਸਾਨ ਡਟੇ ਹੋਏ ਹਨ ਅਤੇ ਦੋਵੇਂ ਬਾਰਡਰਾਂ ਤੇ ਇਸ ਵੇਲੇ 10,000 ਦੇ ਕਰੀਬ ਕਿਸਾਨ ਮੌਜੂਦ ਹਨ। ਕਿਸਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਕੇਂਦਰ ਸਰਕਾਰ ਉਹਨਾਂ ਦੀ ਬਾਂਹ ਨਹੀਂ ਫੜ ਰਹੀ, ਹਰਿਆਣਾ ਸਰਕਾਰ ਉਹਨਾਂ ਉੱਪਰ ਤਸ਼ੱਦਦ ਕਰ ਰਹੀ ਹੈ ਤੇ ਪੰਜਾਬ ਸਰਕਾਰ ਸ਼ੁਭਕਰਨ ਨੂੰ ਸ਼ਹੀਦ ਨਹੀਂ ਐਲਾਨ ਰਹੀ ਅਤੇ ਨਾ ਹੀ ਉਸ ਨੂੰ ਮਾਰਨ ਵਾਲੇ ਦੋਸ਼ੀਆਂ ਤੇ ਕੇਸ ਦਰਜ ਕਰ ਰਹੀ ਹੈ। ਸਰਵਨ ਸਿੰਘ ਪੰਧੇਰ ਤੇ ਹੋਰ ਕਿਸਾਨ ਆਗੂਆਂ ਨੇ ਆਖਿਆ ਕਿ ਜੰਗ ਲੰਬੀ ਹੈ ਪਰ ਜਾਰੀ ਰਹੇਗੀ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਆਪਣਾ ਭੁਲੇਖਾ ਕੱਢ ਦੇਣ ਕਿ ਕਿਸਾਨ ਇੱਥੋਂ ਵਾਪਸ ਚਲੇ ਜਾਣਗੇ। ਜੇਕਰ ਕਿਸਾਨ ਦਿੱਲੀ ਬੈਠ ਕੇ 1 ਸਾਲ ਮੋਰਚਾ ਚਲਾ ਸਕਦੇ ਹਨ ਤਾਂ ਉਹ ਇੱਥੇ ਦੋਵੇਂ ਮੋਰਚਿਆਂ ਤੇ ਵੀ ਬੈਠ ਸਕਦੇ ਹਨ ਅਤੇ ਕੇਂਦਰ ਵੱਲੋਂ ਕੀਤੀ ਗਈ ਬੈਰੀਕੇਡਿੰਗ ਨੂੰ ਤੋੜਨ ਦੀ ਵੀ ਸਮਰੱਥਾ ਰੱਖਦੇ ਹਨ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 27 ਤੇ 28 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਵੱਡੀ ਬੈਠਕ ਹੋਵੇਗੀ। ਉਸ ਮੀਟਿੰਗ ਵਿੱਚ ਪੂਰੇ ਦੇਸ਼ ਦੀ ਲੀਡਰਸ਼ਿਪ ਸੱਦੀ ਜਾਵੇਗੀ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਮੀਟਿੰਗ ਦਾ ਪ੍ਰੋਗਰਾਮ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਜਾਵੇਗਾ। ਹੁਣ ਨਵਾਂ ਬਿਜਲੀ ਕਨੈਕਸ਼ਨ ਲੈਣ ਲਈ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬਿਜਲੀ ਮੰਤਰਾਲੇ ਨੇ ਕਨੈਕਸ਼ਨ ਦੇਣ ਲਈ ਨਿਰਧਾਰਿਤ ਦਿਨਾਂ ਦੀ ਗਿਣਤੀ ਘਟਾ ਦਿੱਤੀ ਹੈ।
ਹੁਣ ਇਹ ਮੈਟਰੋਪੋਲੀਟਨ ਖੇਤਰਾਂ ਵਿੱਚ 3 ਦਿਨ, ਮਿਊਂਸੀਪਲ ਖੇਤਰਾਂ ਵਿੱਚ 7 ਦਿਨ ਅਤੇ ਪੇਂਡੂ ਖੇਤਰਾਂ ਵਿੱਚ 15 ਦਿਨਾਂ ਵਿੱਚ ਉਪਲਬਧ ਹੋਵੇਗਾ। ਛੱਤਾਂ 'ਤੇ ਲਗਾਏ ਜਾਣ ਵਾਲੇ ਸੋਲਰ ਯੂਨਿਟਾਂ ਲਈ ਵੀ ਨਿਯਮਾਂ ਨੂੰ ਆਸਾਨ ਬਣਾ ਦਿੱਤਾ ਗਿਆ ਹੈ। ਇਸ ਦੇ ਲਈ ਸਰਕਾਰ ਨੇ ਬਿਜਲੀ ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਹੁਣ ਜਿਨ੍ਹਾਂ ਲੋਕਾਂ ਕੋਲ ਇਲੈਕਟ੍ਰਿਕ ਵਹੀਕਲ ਹੈ ਉਹ ਇਸ ਨੂੰ ਚਾਰਜ ਕਰਨ ਲਈ ਵੱਖਰਾ ਬਿਜਲੀ ਕਨੈਕਸ਼ਨ ਲੈ ਸਕਣਗੇ। ਬਿਜਲੀ ਮੰਤਰਾਲੇ ਨੇ ਕਿਹਾ ਕਿ ਨਵਾਂ ਬਿਜਲੀ ਕਨੈਕਸ਼ਨ ਲੈਣ ਦੀ ਮਿਆਦ ਮੈਟਰੋਪੋਲੀਟਨ ਖੇਤਰਾਂ ਵਿੱਚ 7 ਦਿਨਾਂ ਤੋਂ ਘਟਾ ਕੇ 3 ਦਿਨ, ਹੋਰ ਨਗਰ ਖੇਤਰਾਂ ਵਿੱਚ 15 ਦਿਨਾਂ ਤੋਂ 7 ਦਿਨ ਅਤੇ ਪੇਂਡੂ ਖੇਤਰਾਂ ਵਿੱਚ 30 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ। ਪਰ ਪਹਾੜੀ ਖੇਤਰਾਂ ਦੇ ਪੇਂਡੂ ਇਲਾਕਿਆਂ ਵਿੱਚ ਨਵੇਂ ਕਨੈਕਸ਼ਨ ਲੈਣ ਜਾਂ ਮੌਜੂਦਾ ਕਨੈਕਸ਼ਨ ਵਿੱਚ ਸੋਧ ਕਰਨ ਦਾ ਸਮਾਂ ਪਹਿਲਾਂ ਵਾਂਗ ਹੀ 30 ਦਿਨ ਰਹੇਗਾ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਚੱਲਦਿਆਂ ਦਿੱਲੀ ਨੂੰ ਪਾਏ ਗਏ ਚਾਲਿਆਂ ਦੌਰਾਨ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੀ ਗਈ ਕਾਰਵਾਈ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧੀ ਟਵੀਟ ਕਰਕੇ ਆਖਿਆ ਕਿ ਹਰਿਆਣਾ ਪੁਲਿਸ ਵੱਲੋਂ ਸਾਡੇ ਨੌਜਵਾਨ ਕਿਸਾਨ ਪ੍ਰੀਤਪਾਲ ਸਿੰਘ ਤੇ ਕੀਤੇ ਤਸ਼ੱਦਦ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਕੈਪਟਨ ਨੇ ਆਖਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ, ਜਿਨ੍ਹਾਂ ਨੇ ਇੱਕ ਨਿਹੱਤੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ। ਇਹ ਨੌਜਵਾਨ ਸਿਰਫ਼ ਲੋਕਾਂ ਨੂੰ ਲੰਗਰ ਵਰਤਾ ਰਿਹਾ ਸੀ। ਕੈਪਟਨ ਨੇ ਕਿਹਾ ਕਿ ਇੱਕ ਲੰਗਰ ਵਰਤਾ ਰਹੇ ਨਿਹੱਤੇ ਨੌਜਵਾਨ ਤੇ ਹਰਿਆਣਾ ਪੁਲਿਸ ਨੇ ਭਾਰੀ ਤਸ਼ੱਦਦ ਢਾਇਆ ਹੈ, ਲਿਹਾਜ਼ਾ ਹਰਿਆਣਾ ਦੇ ਮੁੱਖ ਮੰਤਰੀ ਨੂੰ ਮੁਲਜ਼ਮ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਦੇ ਲੋਕ ਲਵਾਡੀ ਮੰਤਰੀ ਬਲਕਾਰ ਸਿੰਘ ਨੇ ਸੂਬੇ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਨੂੰ ਹੁਕਮ ਦਿੱਤੇ ਹਨ ਕਿ ਉਹ ਸ਼ਹਿਰਾਂ ਵਿੱਚ ਮਾਸਟਰ ਪਲਾਨ ਅਨੁਸਾਰ ਵਿਕਾਸ ਕਾਰਜਾਂ ਨੂੰ ਸੰਪੰਨ ਕਰਵਾਉਣ ਅਤੇ ਪੰਜਾਬ ਸਰਕਾਰ ਸਾਰੇ ਸ਼ਹਿਰਾਂ ਲਈ ਜਲਦੀ ਹੀ ਵੱਖ ਵੱਖ ਮਾਸਟਰ ਪਲਾਨ ਨੂੰ ਵੀ ਮਨਜ਼ੂਰੀ ਪ੍ਰਦਾਨ ਕਰੇ। ਉਹਨਾਂ ਨੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਸੂਬੇ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਵਿਕਾਸ ਪ੍ਰੋਜੈਕਟਾਂ ਸੰਬੰਧੀ ਜ਼ਮੀਨੀ ਹਕੀਕਤ ਨੂੰ ਜਾਣਿਆ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਅਣਅਧਿਕਾਰਤ ਕਲੋਨੀਆਂ ਦੇ ਵਿਕਾਸ ਤੇ ਰੋਕ ਲਾ ਰਹੀ ਹੈ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ 100% ਪਾਲਣਾ ਕੀਤੀ ਜਾਵੇ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰਾਂ ਵਿੱਚ ਵਿਕਾਸਾਂ ਨੂੰ ਲੈ ਕੇ ਗੰਭੀਰਤਾ ਵਿਖਾਈ ਜਾਵੇ, ਕਿਉਂਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਸਮੇਂ ਜੋ ਵਾਅਦੇ ਜਨਤਾ ਨਾਲ ਕੀਤੇ ਸਨ ਉਹਨਾਂ ਨੂੰ ਹਰ ਹਾਲ ਵਿੱਚ ਪੂਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸਮਾਂ ਰਹਿੰਦੇ ਸਾਰੀਆਂ ਗਰੰਟੀਆਂ ਨੂੰ ਸਰਕਾਰ ਲਾਗੂ ਕਰ ਦੇਵੇਗੀ। ਸ਼ਹਿਰਾਂ ਨੂੰ ਆਧੁਨਿਕ ਸ਼ਹਿਰਾਂ ਦੇ ਰੂਪ ਵਿੱਚ ਤਬਦੀਲ ਕਰਕੇ ਲੋਕਾਂ ਨੂੰ ਸਾਰੀਆਂ ਮੁੱਢਲੀਆਂ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦੇਸ਼ ਭਰ ਵਿੱਚ ਮੌਸਮ ਬਦਲ ਰਿਹਾ ਹੈ। ਤਬਦੀਲੀਆਂ ਦੇ ਵਿਚਕਾਰ ਭਾਰਤੀ ਮੌਸਮ ਵਿਭਾਗ ਨੇ ਇੱਕ ਤਾਜ਼ਾ ਭਵਿੱਖਬਾਣੀ ਕੀਤੀ ਹੈ। ਇਸ ਮੁਤਾਬਿਕ ਉੱਚੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਤਾਪਮਾਨ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। IMD ਨੇ ਟਵਿੱਟਰ ਤੇ ਇੱਕ ਪੋਸਟ ਰਾਹੀਂ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੇ ਪੈਟਰਨ ਬਾਰੇ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਮੁਤਾਬਿਕ ਅੱਜ ਅਤੇ ਕੱਲ੍ਹ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਮੌਸਮ ਦੇ ਤੇਵਰ ਵੱਖ ਵੱਖ ਹੋ ਸਕਦੇ ਹਨ। ਉੱਤਰੀ ਭਾਰਤ ਤੋਂ ਪੂਰਬੀ ਭਾਰਤ ਤੱਕ ਮੈਦਾਨੀ ਇਲਾਕਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਿਹੜਾ ਉੱਠਦਾ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪੱਟ ਦਿੰਦਾ, ਇੱਥੇ ਨਲਕਾ ਲਵਾਇਆ ਨਹੀਂ ਕੋਈ। ਇਟਸ ਨਾਟ ਏ 9-to-5 ਜੋਬ ਮਿਸਟਰ ਸਨੀ ਦਿਓਲ। ਸਨੀ ਦਿਓਲ ਸਾਹਿਬ, ਇਹ 9-to-5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ, 24 ਘੰਟੇ ਡਿਊਟੀ ਹੈ। ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜੇ, ਕੋਈ ਪਤਾ ਨਹੀਂ ਕਿਸੇ ਕਦੋਂ ਕਿਸੇ ਨੂੰ 1-2 ਵਜੇ ਹਸਪਤਾਲ 'ਚ ਦਾਖਲ ਕਰਾਉਣਾ ਪੈ ਜੇ, ਉੱਥੇ ਫੋਨ ਕਰਨਾ ਪੈ ਜੇ। ਇਹ ਨਲਕਿਆਂ ਪੱਟਣ ਵਾਲੀ ਰਾਜਨੀਤੀ ਨਹੀਂ ਹੈਗੀ, ਗੱਲ ਨਹੀਂ ਬਾਤ ਨਹੀਂ ਆ ਕੇ ਵੋਟ ਤੁਸੀਂ ਵੀ। ਮੈਂ ਹੁਣ ਕੀ ਕਹਾਂ,
ਮੈਂ ਨਹੀਂ ਬੋਲਦਾ ਯਾਰ, ਹੁੰਦਾ ਨਹੀਂ ਵੀ ਮੈਂ ਤੁਹਾਡਾ ਰੁੱਸਿਆ ਹੋਇਆ, ਉਹ ਗੱਲ ਹੈ ਯਾਰ। ਕੋਈ ਦੇਖ ਤਾਂ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ। ਤੁਹਾਡਾ ਉਹ ਚੱਕ ਕੇ ਭੇਜਤਾ, ਕਦੇ ਆਇਆ? ਚਲੋ ਇੱਥੇ ਛੱਡੋ, ਪਾਰਲੀਮੈਂਟ 'ਚ ਨਹੀਂ ਗਿਆ ਯਾਰ ਕਦੇ। ਮੈਂ ਵੀ ਰਿਹਾ 14 ਤੋਂ 22 ਤੱਕ, 19 'ਚ ਭੇਜਿਆ ਤੁਸੀਂ ਉਹਨੂੰ, 3 ਸਾਲ 'ਚ ਮੈਂ ਨਹੀਂ ਦੇਖਿਆ ਕਦੇ ਉਹ। ਤਾਂ ਕਿੱਥੋਂ ਤੁਸੀਂ ਕਿੱਥੋਂ ਆਪਣੀਆਂ ਹੱਲ ਕਰਾ ਲਓਗੇ ਮੁਸ਼ਕਲਾਂ? ਤੁਸੀਂ MP ਨੂੰ ਦੱਸੋ, MP ਜਿਹੜਾ ਹੁੰਦਾ ਹੈ ਲੋਕਾਂ 'ਚ ਅਤੇ ਸਰਕਾਰ 'ਚ ਬ੍ਰਿਜ ਹੁੰਦਾ MP। ਮੈਂ ਸੰਗਰੂਰ ਦੇ ਵਪਾਰੀਆਂ ਨੇ, ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਹਾ, ਕਦੇ ਕਿਸੇ ਮਿਨਿਸਟਰ ਕੋਲ, ਕਦੇ ਕਿਸੇ ਮਿਨਿਸਟਰ ਕੋਲ। MP ਤਾਂ MP ਦਾ ਹੱਕ ਬਣਦਾ। ਤੁਸੀਂ ਇੱਥੇ 2.5 ਕਿਲੋ ਦਾ ਹਾਥ ਇੱਕ ਵਾਰੀ ਦਿਖਾ ਤਾ, ਮੁੜ ਕੇ ਤੁਸੀਂ 1 ਕਿਲੋ ਦੇ ਵੀ ਨਹੀਂ ਰਹੇ। ਹੱਦ ਹੈ। ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ, ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ, ਕਮਾਲ ਹੈ ਆਪਦੇ ਹਲਕੇ 'ਚ ਆ ਜਾ। ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ, ਰੱਬ ਮੰਨ ਕੇ ਕਿਸ ਬੰਦੇ ਦੇ ਹੱਥ ਸਾਡੀ ਕਿਸਮਤ ਹੈ। ਹੁਣ ਵੋਟ ਨੂੰ ਕੋਈ ਐਂ ਨਾ ਸਮਝ ਲਿਓ ਕਿ ਵੋਟ ਇੱਕੋ ਹੀ, ਇੱਕ ਵੋਟਿੰਗ ਡੇ ਹੈ, ਉਹਦੇ ਸੁੱਚ ਦੱਬਣੀ ਹੈ। ਨਾ 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 ਨਾ, ਤੁਹਾਡੇ ਵੋਟਰ ਕਾਰਡਾਂ 'ਤੇ ਭਗਤ ਸਿੰਘ ਦੇ, ਸ਼ਹੀਦ ਭਗਤ ਸਿੰਘ, ਰਾਜਗੁਰੂ ਸਿੱਧੇ, ਕਰਤਾਰ ਸਿੰਘ ਸਰਾਭੇ, ਲਾਲਾ ਲਾਜਪਤ ਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ ਵੋਟਰ ਕਾਰਡ। ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ, ਚੱਕ ਕੇ ਕਿਸੇ ਨੂੰ ਵੀ ਪਾ ਦਿੰਦੇ ਹਾਂ ਯਾਰ ਆਪਾਂ। ਉਹ ਵੀ ਉਹ ਪਾਰਟੀਆਂ ਕੀ ਸਮਝਦੇ ਨੇ, ਗੁਰਦਾਸਪੁਰ ਵਾਲੇ ਹੈ, ਫੇਮਸ ਬੰਦੇ ਕੋਲ ਡਾਲ ਦਿੱਤੇ ਆ, ਹੁਣ ਕਿਸੇ ਹੋਰ ਨੂੰ ਲਿਆਉਣਗੇ ਇੱਥੇ, ਉਹਨਾਂ ਨੂੰ ਪਾ ਦਿਓ ਫਿਰ ਭਾਲਦੇ ਰਹੇ ਹੋ ਵੀ ਕਿੱਥੇ। ਬੰਦੇ ਆਪਦੇ ਚੋਂ ਜਿਤਾਓ, ਬੰਦੇ ਆਪਦੇ ਚੋਂ ਖੜੇ ਕਰੋ, ਆਪਦੇ ਚੋਂ ਨਿਕਲੋ, ਆਪ ਨਿਕਲੋ, ਆਪ ਫੁੱਟੋ। ਆਂਡੇ ਦੀ ਕਿਸਮਤ 'ਚ ਆਂਡਾ ਜਿਹੜਾ ਨਾ, ਜਿਹੜਾ ਵੀ ਆਂਡਾ ਮੁਰਗੀ ਦਾ ਭਾਵੇਂ, ਆਂਡੇ ਦੀ ਕਿਸਮਤ 'ਚ ਟੁੱਟਣਾ ਲਿਖਿਆ ਹੈ। ਆਂਡੇ ਨੇ ਆਹ ਗੱਲ ਨੋਟ ਕਰ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ, ਆਂਡੇ ਦੀ ਕਿਸਮਤ 'ਚ ਟੁੱਟਣਾ ਲਿਖਿਆ, ਆਂਡੇ ਨੇ ਟੁੱਟਣੇ ਟੁੱਟਣਾ। ਫਰਕ ਇੰਨਾ ਕਹਿ, ਜੇ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਅੰਦਰਲੀ ਜ਼ਿੰਦਗੀ ਖਤਮ, ਜੇ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ। ਮੈਂ ਤੁਹਾਡੇ ਆਪ ਸਭ ਕੇ ਚੈਨਲੋਂ ਕੇ ਮਾਧਿਅਮ ਸੇ ਸਰਕਾਰ ਕੋ ਯੇ ਬਾਤ ਬਤਾਨਾ ਚਾਹ ਰਹਾ ਹੂੰ ਕਿ ਸਰਕਾਰ ਇਸ ਬਾਤ ਕੋ ਹਲਕੇ ਸੇ ਨਾ ਲੇ, ਲਮਕਾਨੇ ਕਾ ਪ੍ਰਯਾਸ ਨਾ ਕਰੇ। ਮੈਨੇ 2 ਦਿਨ ਸੇ ਮੈਂ ਸਰਕਾਰ ਕੋ ਯੇ ਅਪੀਲ ਕਰ ਰਹਾ ਹੂੰ ਕਿ ਭਾਈ ਲੋਗੋ ਕੇ ਅੰਦਰ ਗੁੱਸਾ ਫੁੱਟ ਰਹਾ ਹੈ, ਅਗਰ ਵੋ ਗੁੱਸੇ ਕੋ ਕੰਟਰੋਲ ਨਾ ਕਰੇਂਗੇ ਤੋ ਜ਼ਰੂਰ ਕਹੀਂ ਨਾ ਕਹੀਂ ਵੋ ਬਾਹਰ ਆਏਗਾ। ਯੇ ਉਸੀ ਕਾ ਨਤੀਜਾ ਹੈ ਕਿ ਯੇ ਜੋ ਲੜਕਾ ਹੈ, ਜਿਸ ਇਲਾਕੇ ਕਾ ਜੰਪਲ ਹੈ ਯੇ ਲੜਕਾ, ਵੋ ਇਲਾਕਾ ਹਮਾਰਾ ਰਾਮਪੁਰਾ ਫੂਲ ਬਲਾਕ ਪੜਤਾ ਹੈ। ਵੋ ਉਨਕਾ ਕੱਲ ਸੇ 2 ਦਿਨ ਸੇ ਦਬਾਓ ਪੜ ਰਹਾ ਹੈ ਕਿ ਪ੍ਰਧਾਨ ਜੀ ਕੁਛ ਕਰਵਾਏ। ਹਮ ਉਨਕੋ ਯੇ ਕਹਿ ਰਹੇ ਥੇ ਕਿ ਸਰਕਾਰ ਕੀ ਤਰਫ ਦੇਖਤੇ ਹੈਂ, ਸਰਕਾਰ ਹੋ ਸਕਤਾ ਆਜ ਕਰ ਦੇ ਕੱਲ ਕਰ ਦੇ, ਲੇਕਿਨ ਸਰਕਾਰ ਇਸ ਬਾਤ ਕੋ ਸੀਰੀਅਸਲੀ ਨਹੀਂ ਲੇ ਰਹੇ। ਤੋ ਕੱਲ ਵੋ ਜਾਮ ਕਰੇਂਗੇ, ਰੋਡ ਕੇ ਉਪਰ ਲੋਕ ਆਪਣਾ ਧਰਨਾ ਪ੍ਰਦਰਸ਼ਨ ਕਰੇਂਗੇ, ਔਰ ਹਮਾਰੀ ਵੀ ਪ੍ਰਯਾਸ ਹੈ ਕਿ ਸਭੀ ਆਰਗੇਨਾਈਜੇਸ਼ਨੋ ਕੇ ਸਾਥ ਬਾਤਚੀਤ ਕਰਨੇ ਕੇ ਬਾਅਦ, ਦੋਨੋ ਫੋਰਮੋ ਕੇ ਸਾਥ ਕੀ ਆਪਸ ਮੇਂ ਸਹਿਮਤੀ ਬਣਾਨੇ ਕੇ ਬਾਅਦ, ਅਗਰ ਸਰਕਾਰ ਇਸ ਬਾਤ ਪੇ ਥੋੜਾ ਸੀਰੀਅਸ ਨਹੀਂ ਹੋਤੀ, ਐਸੇ ਹੀ ਰਹੇਗੀ, ਤੋ ਹਮੇ ਮਜਬੂਰਨ ਕੋਈ ਔਰ ਰਾਸਤਾ ਫਿਰ ਮਤਲਬ ਕੋਈ ਸਖਤ ਕਦਮ ਉਠਾਨਾ ਪੜੇਗਾ। ਦੇਖੀਏ
ਇਹ ਰੋਡ ਤਾਂ ਸਪਸ਼ਟ ਹੈ ਕਿ ਬਠਿੰਡਾ ਚੰਡੀਗੜ੍ਹ ਜਿਹੜਾ ਰੋਡ ਆਉਂਦਾ ਹੈ ਇਸੇ ਰੋਡ ਤੇ ਆਉਣਗੇ ਔਰ ਵੱਡਾ ਰੋਡ ਹੈ। ਮੈਂ ਪੁੱਛਣਾ ਚਾਹੁੰਦਾ ਕਿ ਅਗਰ ਉਹ ਜੇ ਕਹਤੇ ਹੈ ਕਿ ਹਰਿਆਣਾ ਕੀ ਜੁਰਿਸਡਿਕਸ਼ਨ ਮੈਂ ਹੋਈ ਹੈ, ਇਸਕਾ ਮਤਲਬ ਜੋ ਆਦਮੀ ਪੰਜਾਬ ਕਾ ਹਰਿਆਣੇ ਕੇ ਅੰਦਰ ਜਾਏਗਾ ਉਹਨੂੰ ਸਭੀ ਕਾ ਕਤਲ ਕਰਨੇ ਕਾ ਅਧਿਕਾਰ ਦੇ ਰੱਖਾ ਪੁਲਿਸ ਕੋ, ਕਿਸਨੇ ਦੇ ਰੱਖਾ ਹੈ? ਇੱਕ ਤਰਫ ਤੋਂ ਵੀ ਇਹ ਕਹਤੇ ਹੈ, ਇਸਕਾ ਮਤਲਬ ਉਹਨਾਂ ਨੇ ਮਾਨ ਲਿਆ, ਉਹਨਾਂ ਨੇ ਯੇ ਮਾਨ ਲਿਆ ਕਿ ਹਮਾਰੀ ਹੀ ਗੋਲੀ ਸੇ ਉਹ ਲੜਕਾ ਮਾਰਾ ਗਿਆ ਹੈ, ਜਬ ਉਹ ਯੇ ਕਹਿ ਰਹੇ ਹੈ ਕਿ ਹਰਿਆਣੇ ਕੀ ਜੁਰਿਸਡਿਕਸ਼ਨ ਮੈਂ ਯੇ ਹੁਆ। ਦੂਸਰੀ ਬਾਤ ਯੇ ਕਿ ਕਿਸਕੇ ਹੁਕਮ ਸੇ ਯੇ ਗੋਲੀ ਚਲੀ ਹੈ ਵੋ ਬਤਾਨਾ। ਹਮਾਰਾ ਨਿਵੇਦਨ ਯੇ ਹੈ ਕਿ ਉਸਕੇ ਉਨਕੇ ਖਿਲਾਫ਼ ਬਣਤੀ ਕਾਰਵਾਈ ਕਰਨੇ ਕੀ ਜ਼ਰੂਰਤ ਹੈ। ਵੋ ਪੰਜਾਬ ਅਗਰ ਹਰਿਆਣੇ ਕੀ ਜੁਰਿਸਡਿਕਸ਼ਨ ਮੈਂ ਯੇ ਹੁਆ ਹੈ ਤੋ ਹਰਿਆਣੇ ਕੀ ਜੁਰਿਸਡਿਕਸ਼ਨ ਮੈਂ ਹੋਣੇ ਕੀ ਜੋ ਬਾਤ ਕਰਨੇ ਵਾਲੇ ਅਧਿਕਾਰੀ ਹੈ ਉਨ੍ਹੀਂ ਕੀ ਕਿਸੀ ਕੇ ਦਸਤਖਤ ਕੇ ਅੰਦਰ ਉਹ ਸਭ ਕਾਮ ਕਿਸੀ ਕੇ ਆਰਡਰ ਕੇ ਅੰਦਰ ਅੰਡਰ ਤੋ ਹੁਆ ਹੋਗਾ ਨਾ, ਜਿਨਕੇ ਆਰਡਰੋਂ ਸੇ ਵੋ ਹੁਆ ਹੈ ਉਨ ਸਭ ਕੋ ਕਹਾਂ ਸੇ ਆਰਡਰ ਮਿਲਾ, ਕਿਆ ਉਨਕੋ ਯੇ ਗੋਲੀ ਚਲਾਨੇ ਕਾ ਸੀਧੀ ਗੋਲੀ ਚਲਾਨੇ ਕਾ ਅਧਿਕਾਰ ਥਾ? ਅਗਰ ਥਾ ਤੋ ਠੀਕ ਬਾਤ ਮਾਨ ਲੇਂਗੇ ਹਮ ਵੀ, ਅਗਰ ਉਨਕੋ ਅਧਿਕਾਰ ਹੀ ਨਹੀਂ ਹੈ। ਦੋ ਦਿਨ ਪਹਿਲੇ ਤੋ ਉਨਕਾ ਡੀ ਜੀ ਪੀ ਯੇ ਕਹਿ ਰਹਾ ਥਾ ਕਿ ਨਾ ਭਾਈ ਹਮਨੇ ਤੋ ਵਹਾਂ ਪੇ ਗੋਲੀ ਚਲਾਈ ਨਹੀਂ ਹੈ, ਉਨ੍ਹੀਂ ਕਾ ਡੀ ਜੀ ਪੀ ਯੇ ਕਹਿ ਰਹਾ ਥਾ, ਤੋ ਇਸਕਾ ਮਤਲਬ ਉਹ ਆਪਣੇ ਹੀ ਜਾਲ ਮੇ ਖੁਦ ਹਰਿਆਣਾ ਗਵਰਨਮੈਂਟ ਫਸ ਰਹੀ ਹੈ। ਪੰਜਾਬ ਸਰਕਾਰ ਪੋਸਟਮਾਰਟਮ ਨਹੀਂ ਹੈ, ਵੋ ਤੋ ਪੋਸਟਮਾਰਟਮ ਕਾ ਮਾਮਲਾ ਤੋ ਯੇ ਹੈ ਕਿ ਹਮਨੇ ਯੇ ਕਹਾ ਕਿ ਪਹਿਲੇ ਐਫ ਆਈ ਆਰ ਤੋ ਹੋਗੀ ਨਾ। ਦੇਖਿਏ ਪੋਸਟਮਾਰਟਮ ਤਬ ਹੋਗਾ ਜਬ ਐਫ ਆਈ ਆਰ ਲੌਜ ਹੋਗੀ, ਤੋ ਐਫ ਆਈ ਆਰ ਲੌਜ ਕਰੇ ਹਮ ਪੋਸਟਮਾਰਟਮ ਕਰਵਾਣੇ ਕੇ ਲੀਏ ਤਿਆਰ ਹੈ। ਜਬ ਤੱਕ ਸਰਕਾਰ ਪੋਸਟਮਾਰਟਮ ਨਹੀਂ ਕਰਤੀ ਤਬ ਤੱਕ ਉਸਕਾ ਐਫ ਆਈ ਆਰ ਲੌਜ ਨਹੀਂ ਕਰਤੀ, ਪੋਸਟਮਾਰਟਮ ਕਰਨੇ ਕਾ ਤੋ ਕੋਈ ਉਚਿਤ ਨਹੀਂ ਬਣਦਾ। ਸਰਕਾਰ ਕਾ ਮਾਨ ਲੈਣਾ ਅਲਗ ਬਾਤ ਹੋਤੀ ਹੈ, ਲੇਕਿਨ ਹਮਾਰਾ ਮਾਨਣਾ ਅਲਗ ਹੈ। ਸਰਕਾਰ ਇਸਕੋ ਕੁਛ ਵੀ ਕਹਿ ਸਕਦੀ ਹੈ, ਸਰਕਾਰ ਜਿਸ ਹਿਸਾਬ ਸੇ ਦੇਖੇਗੀ ਹਮ ਉਸ ਹਿਸਾਬ ਸੇ ਥੋੜੀ ਚਲੇਂਗੇ ਨਾ। ਆਗੇ ਪਲਾਨ ਮਤਲਬ ਹਮਾਰੀ ਬੈਠ ਕੇ ਹੋਗੀ 27 ਔਰ 28 ਕੋ, ਹਮਨੇ ਮਤਲਬ ਬੈਠ ਕੇ ਰੱਖੀ ਹੈ ਦੋਨੋਂ ਫੋਰਮੋਂ ਨੇ, ਆਪਣੀ ਆਪਣੀ ਨੈਸ਼ਨਲ ਮੀਟਿੰਗ ਹੋਗੀ, ਉਨ ਮੀਟਿੰਗੋਂ ਮੇ ਸੇ ਜੋ ਨਿਕਲੇਗਾ ਫੈਸਲਾ ਲੇਂਗੇ, ਉਸ ਹਿਸਾਬ ਸੇ ਹਮ ਅੰਦੋਲਨ ਕੋ ਮਤਲਬ ਔਰ ਤੇਜ਼ ਕਰੇਂਗੇ। ਅੱਜ ਗਵਰਨਰ ਸਾਹਿਬ ਆਪ ਵੀ ਯਹਾਂ ਪੇ ਹੈ, ਮੰਤਰੀ ਜੀ ਵੀ ਯਹਾਂ ਪੇ ਹੈ ਔਰ ਭਾਜਪਾ ਕੇ ਪ੍ਰਧਾਨ ਸਾਹਿਬ ਵੀ ਯਹਾਂ ਪੇ ਹੈ। ਮੈਂ ਆਪ ਸਭ ਸੇ ਹੱਥ ਬੰਨ ਕੇ ਇੱਕ ਅਪੀਲ ਕਰਨਾ ਚਾਹਤੀ ਹੂੰ ਕਿ ਹਮਾਰੇ ਪੰਜਾਬ ਕੇ ਮਿਹਨਤੀ ਲੋਗੋ ਨੇ ਬਹੁਤ ਬੜੀ ਕੁਰਬਾਨੀਆਂ ਦੀ ਹੈ ਦੇਸ਼ ਕੇ ਲੀਏ ਔਰ ਆਜ ਵੀ ਆਪਣੇ ਪਾਣੀ ਕੋ, ਹਮਾਰਾ ਵਾਟਰ ਟੇਬਲ ਹਰ ਨੀਚੇ ਜਾਈ ਜਾ ਰਹਾ ਹੈ, ਤਰ੍ਹਾਂ ਤਰ੍ਹਾਂ ਕੀ ਬਿਮਾਰੀਆਂ ਕਾ ਸਾਹਮਣਾ ਕਰਕੇ ਆਜ ਵੀ ਦੇਸ਼ ਕੇ ਪੇਟ ਭਰਨੇ ਕੇ ਲੀਏ ਸਭ ਸੇ ਬੜਾ ਯੋਗਦਾਨ ਹਮਾਰੇ ਮਿਹਨਤੀ ਕਿਸਾਨ ਦੇਤੇ ਹੈ। ਕੁਛ ਸਮੇਂ ਪਹਿਲੇ 2 ਸਾਲ 2.5 ਸਾਲ ਪਹਿਲੇ ਹਮਾਰੇ 600 ਕਿਸਾਨੋ ਨੇ ਆਪਣੀ ਜਾਨ ਸ਼ਹੀਦ ਕਰ ਦੀ ਕੁਛ ਮੰਗੇ ਰੱਖ ਕੇ, ਔਰ ਆਜ ਵੀ ਇੱਕ ਵਾਰ ਫਿਰ ਕਿਸਾਨੋ ਕੋ ਸੜਕੋ ਪੇ ਉਤਰਨਾ ਪੜਾ ਹੈ। 5 ਜਾਨੇ ਜਾ ਚੁਕੀ ਹੈ, ਪੰਜਾਬ ਕਾ ਬਹੁਤ ਬੜਾ ਕਿਸਾਨੋ ਕਾ ਨੁਕਸਾਨ, ਮਜ਼ਦੂਰੋ ਕਾ ਨੁਕਸਾਨ, ਇੱਕ ਇਕਨੋਮਿਕ ਬਲੋਕੇਟ ਜੋ ਹੋ ਰਹਾ ਹੈ ਉਸਸੇ ਪੰਜਾਬ ਕੀ ਇਕਨੋਮੀ ਕਾ ਵੀ ਨੁਕਸਾਨ ਹੋ ਰਹਾ ਹੈ। ਆਪ ਸਭ ਸੇ ਮੈਂ ਬੇਨਤੀ ਕਰਤੀ ਹੂੰ ਕਿ ਯੇ ਕਿਸਾਨੋ ਕਾ, ਮਜ਼ਦੂਰੋ ਕਾ ਯੇ ਮਸਲਾ, ਪੰਜਾਬ ਕਾ ਮਸਲਾ, ਆਪ ਜ਼ਰੂਰ ਇੰਟਰਵੀਨ ਕਰਕੇ ਗਵਰਨਰ ਸਾਹਿਬ ਆਪ ਇਸਕੋ ਹੱਲ ਜ਼ਰੂਰ ਕਰੀਏ, ਕਿਉਂਕਿ ਜਬ ਇੱਕ ਘਰ ਕਾ ਚਿਰਾਗ ਬੁਝਤਾ ਹੈ ਉਸ ਘਰ ਪੇ ਕਿਆ ਬੀਤਤੀ ਹੈ, ਯੇ ਮੇਰੇ ਕੰਸਟੀਟਿਊਂਸੀ ਮੈਂ ਬਹੁਤੋਂ ਕੇ ਸਾਥ ਹੁਆ ਹੈ। 2 ਦਿਨ ਪਹਿਲੇ ਇੱਕ 22 ਸਾਲ ਕਾ ਲੜਕਾ ਜਿਸ ਤਰੀਕੇ ਸੇ ਹਮਾਰੇ ਪੰਜਾਬੀਓ ਕੋ
ऐसा एक पाकिस्तान के बॉर्डर में जो देखने को मिलता है, पंजाब और हरियाणा के बॉर्डर में देखने को मिल रहा है, ये वो देशभक्त लोग हैं जिन्होंने देश की आजादी के लिए बड़ी कुर्बानियां दी, आज भी बॉर्डर में देश को बचाने के लिए सीना तान के सामना करते हैं। आज उनके खिलाफ जो कुछ हो रहा है वो बहुत दिल दुखाने वाला है। मैं आपसे विनती करूंगी कि ये सारे पंजाबियों के सब की तरफ से हाथ उठा के आप सारे कहिए कि ये पंजाब की अमन शांति, पंजाब की भाईचारिक सांझ, पंजाब की तरक्की और इकोनॉमी के लिए पंजाब में शांति बहुत जरूरी है। आप सबसे मैं बेनती करती हूँ कि पंजाब की अमन शांति को आप कायम रखिए, और किसान पंजाब की रीढ़ की हड्डी है। जब पंजाब खुशहाल है, किसान खुशहाल है, तभी पंजाब ये खुशहाल है। आप सब एक होके इस राज्य की अमन शांति के लिए आप एक हो हाथ खड़े करके गवर्नर साहब को बेनती करिए कि पंजाब की अमन शांति को कायम रखने के लिए वो जरूर कोई कदम उठाए और पंजाब के किसानों को उनका हक दिलवाए। बहुत बहुत धन्यवाद।